ਹੋਰ ਸੁਣਾਓ ਜੀ, ਠੀਕ ਠਾਕ ਹੋ ਸਾਰੇ? ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਨਵਾਂ ਪ੍ਰੋਗਰਾਮ, ਨਵੀਂ ਲਵ ਯੂ ਕਿਵੇਂ ਦੀ ਲੱਗ ਰਹੀ ਹੈ? ਇਹ ਵੀ ਸਾਨੂੰ ਨਾਲ ਨਾਲ ਜ਼ਰੂਰ ਦੱਸਿਆ ਕਰੋ। ਪਰ ਮੈਨੂੰ ਜਿੱਥੋਂ ਤੱਕ ਪਤਾ ਲੱਗਦਾ ਕਿ ਹੁਣ ਤੱਕ ਜਿੰਨੇ ਵੀ ਸਾਡੇ ਕਾਲਰਸ ਆਏ ਆ ਜਾਂ ਜਿੰਨੀਆਂ ਵੀ ਸਾਨੂੰ ਮੇਲਸ ਆਈਆਂ, ਉਹ ਸਾਰਿਆਂ ਨੇ ਇਹੀ ਦੱਸਿਆ ਕਿ ਉਹਨਾਂ ਨੂੰ ਬਹੁਤ ਅੱਛਾ ਲੱਗਾ। ਪਰ ਤੁਸੀਂ ਟੈਨਸ਼ਨ ਨਹੀਂ ਲੈਣੀ, ਸਭ ਇੱਥੇ ਹੀ ਆ, ਸਭ ਨੋਰਮਲ ਹੈ, ਸਭ ਸਹੀ ਆ। ਅਤੇ ਹੁਣ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਜੀ, ਇਹ ਬੜੀ ਸੀਰੀਅਸ ਗੱਲ ਆ, ਇਸ ਗੱਲ ਨੂੰ ਬੜੇ ਗੌਰ ਨਾਲ ਤੁਸੀਂ ਸੁਣਨਾ, ਕਿਉਂਕਿ ਬੜੇ ਸਾਰੇ ਕਾਲਰ ਆ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ। ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਕੋਈ, ਮੈਂ ਜਦੋਂ ਵੀ ਕਾਲ ਚੁੱਕਦਾ ਕੋਈ ਵੀ ਫੋਨ ਚੁੱਕਦੇ ਹਾਂ ਅਸੀਂ, ਅਤੇ ਜਿਹੜੀ ਮੇਨ ਪ੍ਰੋਬਲਮ ਸਾਹਮਣੇ ਆਉਂਦੀ ਆ ਉਹ ਸਭ ਤੋਂ ਪਹਿਲੇ ਇਹ ਆਉਂਦੀ ਹੈ ਕਿ ਟੀ ਵੀ ਦੀ ਜਿਹੜੀ ਆਵਾਜ਼ ਹੁੰਦੀ ਆ ਉਹ ਪਿੱਛੋਂ ਚੱਲ ਰਹੀ ਹੁੰਦੀ ਆ, ਫਿਰ ਕਈ ਵਾਰ ਮੇਰੀ ਆਵਾਜ਼ ਹੀ ਮੇਰੀ ਲੋਕਾਂ ਨੂੰ ਮੈਨੂੰ ਵਾਪਸ ਸੁਣਦੀ ਆ, ਫਿਰ ਮਜ਼ਾ ਨਹੀਂ ਆਉਂਦਾ ਉਹਨਾਂ। ਮੈਂ ਚਾਹੁੰਦਾ ਕਿ ਗੱਲ ਜ਼ਰਾ ਸਿੱਧੀ ਹੋਵੇ, ਡਾਇਰੈਕਟ ਹੋ ਜਾਣਾ ਚਾਹੀਦਾ ਸਾਨੂੰ ਇੱਕ ਦੂਸਰੇ ਨਾਲ, ਗੱਲ ਸਿੱਧੀ ਕਰਨੀ। ਪਿੰਡ ਪੈਰਾ ਲੱਗਦਾ ਰਾਤੀ ਮਿਲਣ ਆਈ ਵੇ, ਪਿੰਡ ਪੈਰਾ ਲੱਗਦਾ। ਵਾਹ ਜੀ ਵਾਹ, ਪਿੰਡ ਨਾ ਵੱਡਿਆ ਜਾਈ ਵੇ, ਪਿੰਡ ਪੈਰਾ ਲੱਗਦਾ। ਪੁੱਤਰ ਤੇਰਾ ਕੀ ਵੱਡਿਆ ਜਾਣਾ, ਮੈਨੂੰ ਇਹ ਦੱਸ, ਤੂੰ ਅੱਗੇ ਵੱਡਿਆ ਵਡਾਇਆ ਲੱਗਣਾ ਮੈਨੂੰ। ਮੈਨੂੰ ਆਪ ਲੱਗਾ ਕਿ ਤੈਨੂੰ ਪਹਿਲੇ ਛਾਂਗਿਆ ਘਰ ਦੇ ਨੇ, ਪਹਿਲੇ ਤਾਂ ਤੂੰ ਲੰਬਾ ਹੁੰਦਾ ਸੀ। ਨਹੀਂ ਹਾਂ, ਮੈਂ ਪੂਰਾ। ਕੀ ਆ? ਪੂਰਾ। ਵਾਹ ਜੀ ਵਾਹ, ਪੂਰਾ ਹੋ ਮਤਲਬ ਕਿੰਨਾ ਕੁ ਪੂਰਾ ਪੁੱਤਰ? ਮਤਲਬ ਮੈਂ ਪੂਰਾ ਬੰਦਾ ਹਾਂ। ਕੀ ਹੈ ਤੂੰ ਇਸ ਗੱਲ ਤੇ? ਤੈਨੂੰ ਪਤਾ ਤੇਰੇ ਤਾਂ ਕੇਸ ਵੀ ਹੋ ਸਕਦਾ ਜਿਹੜੀ ਤੂੰ ਗੱਲ ਕਹੀ ਆ, ਪੂਰਾ ਬੰਦਾ। ਨਾਲੇ ਤੂੰ ਕੀ ਕਹਿਣ ਡਿਆ ਰਾਤੀ ਮਿਲਣਾ ਆਵੀ, ਪਿੰਡ ਪੈਰਾ ਲੱਗਦਾ? ਪੈਰਾ ਲੱਗਦਾ, ਪੈਰ ਤਾਂ ਤੇਰੇ ਥੱਲੇ ਲੱਗਦੇ ਨਹੀਂ ਚੱਜ ਨਾਲ, ਤਾਂ ਤੂੰ ਕਿਹੜੇ ਹਿਸਾਬ ਨਾਲ? ਜੇ ਪੁੱਤਰ ਸਕੂਟਰ ਤੇ ਬਹਿ ਜੇ ਨੇ, ਲੱਗੀ ਕਦੀ ਬ੍ਰੇਕ ਤੇਰੇ ਕੋ? ਖੜੇ ਹੋ ਕੇ ਬ੍ਰੇਕ ਲਾਉਂਦਾ ਸਕੂਟਰ ਦੀ ਵੀ ਦੇਖੋ, ਸਕੂਟਰ ਮੇਰੇ ਤੋਂ ਚੱਲਦਾ ਹੀ ਨਹੀਂ, ਬ੍ਰੇਕ ਕੀ ਲੱਗਣੀ ਜੀ। ਵਾਹ ਜੀ ਵਾਹ, ਲੈ ਵੀ ਜਿਹੜਾ ਪੁਰਾਣੇ ਸਕੂਟਰ ਨਹੀਂ, ਉਹ ਜਿਹਨਾਂ ਦੀ ਪੈਰਾਂ 'ਚ ਬ੍ਰੇਕ ਹੁੰਦੀ ਰਹੀ ਹੈ। ਹਾਂਜੀ, ਉਹਦੇ ਵਰਗਾ ਮੂੰਹ ਆ ਬ੍ਰੇਕ ਵਰਗਾ ਤੇਰਾ, ਔਰ ਜਦੋਂ ਪੈਰ ਨਾਲ ਨੱਪੀ ਦੀ ਨਾ ਐਨ, ਮਤਲਬ ਔਰ ਬਣਦਾ ਪਤਾ ਕਦੋਂ? ਜਦੋਂ ਨੱਪ ਦਿੰਦੇ ਉੱਤੋਂ ਦੀ, ਫਿਰ ਬਣਦਾ ਉੱਦਾਂ ਦਾ ਮੂੰਹ ਜੀ। ਕੀ ਜੀ? ਬਣਦਾ ਹੋਣਾ ਜੀ। ਉਹ ਤੂੰ ਕੀ ਲੈਣ ਆ ਜਾਂਦਾ ਓਏ, ਉਹ ਕੀ ਕਰਨ ਆ ਜਾਂਦਾ ਤੂੰ? ਮੈਂ ਬਸ ਉੱਦਾਂ ਹੀ ਲਫੇੜੇ ਲਫੂੜੇ ਖਾ ਕੇ ਚਲਾ ਜਾਂਦਾ ਇੱਥੋਂ ਜੀ। ਕੀ ਇੰਜੋਏ, ਕੀ ਮਤਲਬ ਮਜ਼ਾ ਕੀ ਆਉਂਦਾ ਤੈਨੂੰ ਲਫੇੜਿਆਂ ਦਾ? ਮਜ਼ਾ ਤੁਹਾਡੇ ਨਾਲ ਜੀ ਜਾ ਲੱਗਾ ਰਹਿੰਦਾ ਜੀ। ਵਾਹ ਜੀ ਵਾਹ, ਮੈਂ ਤੈਨੂੰ ਇੱਥੇ 5G ਲਵਾ ਕੇ ਦਿੱਤਾ ਨਾ ਕਿ ਤੇਰਾ ਜੀ ਲੱਗਾ ਰਹਿੰਦਾ, ਹੁਣ ਇਹ ਲਵੀ 2G ਆ ਜਾਣਗੇ ਫਿਰ ਉਹਨਾਂ ਨਾਲ ਜੀ ਲਾ ਜੂਗਾ ਜੀ। ਵਾਹ ਜੀ ਵਾਹ, ਤੈਨੂੰ ਲੱਗਦਾ ਤੈਨੂੰ ਕਿਸੇ ਟਰਾਂਸਫਾਰਮਰ ਦੇ ਨਾਲ ਲਾ ਦੇਣਾ ਚਾਹੀਦਾ ਕਿ ਤੈਨੂੰ ਜੀ ਵੀ ਲੱਗੇ, ਬਿਜਲੀ ਵੀ ਲੱਗੇ ਤੇ 4G ਵੀ ਲੱਗੇ? ਨਹੀਂ ਜੀ, ਉਹ ਤੇ ਵਿੱਚ ਟੋਏ ਅਸੀਂ ਮਰ ਗਏ ਨਹੀਂ ਹੋਏ ਹੋਏ। ਕੀ ਹੋਇਆ? ਲਗੂੜੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਨਹੀਂ ਹੋਏ ਹੋਏ। ਉਹ ਗਲੀ ਗੱਲਾਂ ਗੋਰੀਆਂ ਨਹੀਂ, ਗਲੀਆਂ ਗੋਰੀਆਂ ਤੁਹਾਡੀਆਂ ਜਿਹਦੇ ਵਿੱਚ ਟੋਏ ਆ ਤੇ ਜਿਹਦੀ ਤੁਸੀਂ ਵੜ ਕੇ ਮਰ ਗਏ ਤੇ ਹੈਗੀਆਂ ਹੀ ਆ। ਕਿਉਂ ਨਹੀਂ ਠੀਕ ਕਰਾਉਂਦੇ ਆਪਣੀਆਂ ਗਲੀਆਂ? ਇਹ ਮੈਡਮ ਜੀ ਆਪਣਾ ਕੀ ਟਾਈਮ ਹੋ ਰਿਹਾ? ਟਾਈਮ ਤੇ ਇਸੀ ਟਾਈਮ ਤੇ ਆਉਂਦੀ ਹੈ ਸਰ। ਇਸੀ ਟਾਈਮ ਤੇ ਕੀ ਆਉਂਦੀ ਆ? ਅਸੀਂ ਪਹਿਲੇ ਆ ਜਾਈਏ ਤੇ ਮੁਲਾਜ਼ਮ ਲੇਟ ਆਣ। ਤੁਸੀਂ ਅੱਜ ਲੇਟ ਕਿਉਂ ਹੋ ਗਏ ਤੁਸੀਂ? ਮੈਂ ਤਾਂ ਕੋਈ ਲੇਟ ਨਹੀਂ ਹੋਈ ਆ, ਮੈਂ ਤਾਂ ਸਹੀ ਟਾਈਮ ਤੇ ਆਈ ਆ। ਜਿਹੜੇ ਟਾਈਮ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਸਹੀ ਟਾਈਮ ਤੇ। ਮੈਨੂੰ ਲੱਗਦਾ ਤੁਹਾਡੀ ਘੜੀ ਲੇਟ ਆ। ਨਹੀਂ ਨਹੀਂ ਸਰ, ਮੈਂ ਤੇ ਜਿਹੜੀ ਆਰਡਰ ਕੀਤੀ ਸੀ ਟਾਈਮ ਸਿਰ ਆ ਗਈ ਸੀਗੀ। ਬਹੁਤ ਅੱਛੇ, ਟਾਈਮ ਸਿਰ ਆ ਗਈ ਸੀ ਤੇ ਫਿਰ ਕੀ ਕੀਤਾ ਸੀ ਉਹਦਾ? ਪਰ ਸਰ ਮੈਂ ਨਾ ਵਾਪਸ ਮੋੜਤੀ, ਬਿਕਾਜ਼ ਨਾ ਉਹਦੇ ਵਿੱਚ ਨਾ 8 ਤੇ 2 ਦਾ ਕਾਟਾ ਨਹੀਂ ਸੀਗਾ। ਕਿਉਂ? ਮੈਨੂੰ ਪਸੰਦ ਨਹੀਂ, ਮੈਂ ਵਾਪਸ ਕਰਤੀ। ਬਹੁਤ ਅੱਛੇ, ਅਜੀਬ ਲੌਜੀਕ ਹੈ ਤੇਰਾ ਵੀ, 28 ਨੰਬਰ ਹੈ ਨਹੀਂ ਉਹ 28 ਵਜਦੇ ਦੇਖਿਆ ਕਦੀ? ਸਰ ਮੈਂ ਨਾ ਜ਼ਿਆਦਾ ਗੱਲ ਨਹੀਂ ਕਰਨੀ, ਮੈਂ ਜਾਦੂ ਟੋਨਾ ਕਰ ਦਾਂਗੀ। ਕੀ ਕਰ ਦੇਂਗੀ? ਜਾਦੂ ਟੋਨਾ ਕਰ ਦਾਂਗੀ। ਪੁੱਤਰ ਆਪਣਾ ਮੂੰਹ ਨਿੰਬੂ ਮਿਰਚੀ ਵਰਗਾ ਹੋਵੇ ਤੇ ਜ਼ਰੂਰੀ ਨਹੀਂ ਹੁੰਦਾ ਕਿ ਟੂਣਾ ਕਰ ਹੀ ਦਿੰਦਾ ਬੰਦਾ, ਜਾਦੂ ਟੋਨਾ ਕਰ ਦਾਂਗੀ। ਸਰ ਇਹ ਮੇਰੇ ਤਕੀਆ ਕਲਾਮ ਹੈ, ਸਮਝਿਆ ਕਰੋ। ਮੇਰੀ ਘਰ ਦੇ ਤਕੀਏ ਫਟੇ ਹੋ ਨਾ ਸਵਾਇਓ, ਇੱਥੇ ਕਲਾਮ ਯੂਜ਼ ਕਰੀ ਜਾਇਓ।